ਓਏ ਹੁਣ ਹੋਰ ਕੀ ਕਰੀਏ, ਮੈਂ ਤਾਂ ਸਮਝ ਨਹੀਂ ਆਉਂਦੀ। ਖਾਣ ਪੀਣ ਵਾਲੀਆਂ ਚੀਜ਼ਾਂ ਅੱਗ ਦੇ ਭਾਅ ਹੋਈਆਂ ਪਈਆਂ, ਹੁਣ ਤਾਂ ਗਰੀਬ ਬੰਦਾ ਪਾਣੀ ਪੀ ਪੀ ਢਿੱਡ ਭਰਦਾ। ਹਾਏ ਰੱਬਾ, ਚਲੋ ਪਾਣੀ ਪੀ ਲੈਂਦੇ ਆ। ਉਹ ਸੁਣਾ ਵੀ ਰੁਲਦਵਾ, ਕੀ ਹਾਲ ਹੈ ਤੇਰਾ? ਓਏ ਮਗਾ ਠੀਕ ਹੈ ਮਾਸਟਰ ਜੀ, ਤੁਸੀਂ ਦੱਸੋ ਕਿ ਤੁਹਾਡੇ ਕਿਵੇਂ ਹਾਲ ਹੈ? ਹਾਲ ਤਾਂ ਠੀਕ ਹੈ। ਦੀਵਾਲੀ ਦਵੂਲੀ ਦਾ ਕੀ ਪ੍ਰੋਗਰਾਮ? ਦੀਵਾਲੀ ਨੇੜੇ ਆ ਗਈ। ਦੀਵਾਲੀ ਦੇ ਕੀ ਪੁੱਛਦੇ ਹੋ? ਮੈਂ ਤੁਹਾਨੂੰ ਦੱਸਾਂ, ਕਿਸਾਨ ਤਾਂ ਸੜਕਾਂ ਤੇ ਆਏ ਪਏ ਐ। ਅੱਛਾ, ਤੁਸੀਂ ਦੇਖ ਹੀ ਰਹੇ ਹੋ। ਹਾਂਜੀ ਹਾਂਜੀ, ਉਹ ਤਾਂ ਪੈਟਰੋਲ ਅੱਗ ਦੇ ਭਾਅ ਹੋਇਆ ਪਿਆ, ਡੀਜ਼ਲ ਅੱਗ ਦੇ ਭਾਅ ਹੋਇਆ ਪਿਆ, ਉਹ ਸਿਲੰਡਰ ਅੱਗ ਦੇ ਭਾਅ ਹੋਇਆ ਪਿਆ। ਇੰਨੀ ਮਹਿੰਗਾਈ ਚੱਕਦੀ ਹੈ, ਤੁਸੀਂ ਆਪ ਹੀ ਦੇਖ ਰਹੇ ਹੋ ਤੇ ਬੰਦਾ ਕੀ ਖਾਊਗਾ ਤੇ ਕੀ ਛੱਡੂਗਾ। ਮੈਂ ਤੁਹਾਨੂੰ ਦੱਸਾਂ, ਇਹ ਦੀਵਾਲੀ ਕਾਹਦੀ ਹੈ? ਇਹਦਾ ਦੁਬਾਰਾ ਹੈ ਦੁਬਾਰਾ। ਉਹ ਤਾਂ ਤੇਰੀ ਗੱਲ ਠੀਕ ਹੈ ਰੁਲਦਵਾ, ਇਹਦੇ 'ਚ ਕੋਈ ਸ਼ੱਕ ਨਹੀਂ, ਦੁਬਾਰਾ ਹੀ ਨਿਕਲਿਆ ਪਿਆ। ਦੁਬਾਰਾ ਤਾਂ ਨਿਕਲਿਆ ਹੀ ਪਿਆ ਤੇ ਬੜਾ ਪਾਣੀ ਪਾਣੀ ਪੀ ਲਈ ਜੀ। ਪੀਓ ਹੈ, ਕਮਾਲ ਹੋ ਗਈ। ਓਏ ਹੁਣ ਤਾਂ ਇਹ ਵੀ ਜਵਾਬ ਦੇ ਗਿਆ।